ਹੈਲੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਜਤਿੰਦਰ ਪਿੰਡਾਂ ਵਾਲੇ ਜੱਟ ਚੱਲੇ ਸਵਾਗਤ ਕਰਦੇ ਹਾਂ ਜੀ। ਆਸ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ, ਠੀਕ ਹੋਵੋਗੇ, ਚੜ੍ਹਦੀ ਕਲਾ ਵਿੱਚ ਹੋਵੋਗੇ। ਵਧੀਆ ਗੱਲ ਹੈ, ਹੋਣੇ ਚਾਹੀਦੇ ਹੋ। ਕਰਦੇ ਹਾਂ ਅੱਜ ਦੇ ਬਲੌਗ ਦੀ ਸ਼ੁਰੂਆਤ ਜੀ। ਉਸ ਤੋਂ ਪਹਿਲਾਂ ਫਰੈਂਡ ਜੀ, ਸਾਡੇ ਚੈਨਲ 'ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਸਾਡੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਜੀ। ਅਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ, ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਅਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ। ਕਰਦੇ ਹਾਂ ਅੱਜ ਦੇ ਬਲੌਗ ਦੀ ਸ਼ੁਰੂਆਤ ਜੀ। ਆ ਜਾਓ ਫਿਰ ਤੁਹਾਨੂੰ ਦਿਖਾਉਂਦੇ ਹਾਂ ਅੱਗੇ ਦਾ ਬਲੌਗ, ਬਣੇ ਰਹੋ ਵੀਡੀਓ ਨਾਲ ਐਂਡ ਤੱਕ ਜੀ। ਆ ਜੀ ਬਾਬਿਓ, ਮੀਂਹ ਆ ਗਿਆ ਬਾਬਿਓ, ਮੀਂਹ ਆ ਗਿਆ। ਡਿੱਗਦਿਆਂ ਦਾ ਇਮਤਾਨ ਲੈਂਦੇ ਹੋਏ ਰੱਬ ਨੇ ਅੱਜ ਬਹੁਤ ਹੀ ਜ਼ਿਆਦਾ ਘੱਟ ਮੀਂਹ ਪਾਇਆ ਹੈ ਹਜੇ, ਅਤੇ ਹਜੇ ਸ਼ੁਰੂਆਤ ਹੋਈ ਹੈ ਮੀਂਹ ਦੀ। ਬਾਬਿਓ ਟੀਨਾਂ ਲੱਗ ਗਈਆਂ ਚੂਣ, ਅਤੇ ਆਪਣਾ ਡਿਊਟੀ ਦਾ ਟਾਈਮ ਹੋ ਚੁੱਕਿਆ, ਅਤੇ ਰੱਬ ਕਹਿੰਦਾ ਬਈ ਹਜੇ ਤਾਂ ਨਹੀਂ ਜਾਣ ਦੇਣਾ ਤੈਨੂੰ। ਚਲੋ ਕੋਈ ਗੱਲ ਨਹੀਂ, ਮਰਜ਼ੀ ਆ ਤੁਹਾਡੀ। ਮੀਂਹ ਆ ਗਿਆ ਬਾਈ, ਜਿਵੇਂ ਲੱਗਦਾ ਵੀ ਕੱਪੜੇ ਟੈਂਪਰੇਰੀ ਪਾ ਕੇ ਜਾਣੇ ਪੈਣੇ ਹੈ, ਉੱਥੇ ਜਾ ਕੇ ਚੇਂਜ ਹੋਣਗੇ, ਲੱਗਦਾ ਤਾਂ ਇੱਦਾਂ ਹੀ ਆ ਕੁਝ। ਦੇਖਦੇ ਹਾਂ ਹੁਣ ਕੀ ਮਾਹੌਲ ਆ, ਮੀਂਹ ਪੈ ਰਿਹਾ ਬਾਈ, ਦੱਸਿਓ ਮੀਂਹ ਕਿੱਥੇ ਕਿੱਥੇ ਪਿਆ। ਸਾਡੇ ਤਾਂ ਮੌਨਸੂਨ ਹੋ ਗਈਆਂ ਸਟਾਰਟ, ਗਰਮੀ ਬਹੁਤ ਹੀ ਧੂੰਆਂ ਘੜਾ ਰੱਖਿਆ ਸੀ ਰੱਬ ਨੇ। ਅੱਜ ਕਹਿੰਦੇ ਮੀਂਹ ਆਇਆ, ਥੋੜ੍ਹਾ ਜਿਹਾ ਰਾਹਤ ਮਿਲੀ ਆ, ਕਮਰਿਆਂ ਦੇ ਵਿੱਚ ਭੜਿਆਸ ਫੁੱਲ ਵੱਜ ਰਹੀ ਆ, ਕੰਧਾਂ ਤੱਤੀਆਂ ਪਈਆਂ ਨੇ ਅਤੇ ਹੁਣ ਕਹਿੰਦੇ ਵੀ ਠੰਡੀਆਂ ਹੋ ਗਈਆਂ ਨੇ ਕੰਧਾਂ। ਲੈ ਵੀ ਮਾਤਾ ਬਣਾਉਣ ਲੱਗ ਗਈ ਰੋਟੀ, ਕਰੀ ਵੀ 8 ਵੱਜ ਗਏ, ਆਪਾਂ ਨੇ ਜਾਣਾ। ਰੱਬ ਕਹਿੰਦਾ ਵੀ ਮੀਂਹ ਬੋ ਪਾ ਛੱਡੇ। ਕੀ ਬਣਾ? ਦਾਲ ਛੋਲਿਆਂ ਦੀ, ਇਹ ਦੋ ਸਬਜ਼ੀਆਂ ਰਹੀਆਂ, ਆਲੂ ਛੋਲੇ, ਆਲੂ ਪਕੌੜੇ ਅਤੇ ਦਾਲ। ਮੀਂਹ ਦਾ ਆਨੰਦ ਪੂਰਾ, ਕਹਿੰਦੇ ਵੀ ਨਾਲੀਆਂ ਪੰਤਾਲੇ ਭਰ ਚੁੱਕੇ ਨੇ, ਗੱਡੀਆਂ ਓਵਰਲੋਡ ਹੋ ਗਈਆਂ। ਫਿਰ ਅੱਜ ਕਾਫੀ ਠੰਡਾ, ਉਹ ਚੂਣ ਲੱਗ ਰਿਹਾ ਉੱਥੇ, ਹਲਕਾ ਹੈ ਨਾ, ਕੋਈ ਚੀਜ਼ ਵੱਜੀ ਹੋਈ ਉੱਥੇ। ਬਾਬਿਓ ਨਾਲੀਆਂ ਚਲਾ ਦੀਆਂ ਰੱਬ ਨੇ 5 ਮਿੰਟਾਂ ਦੇ ਵਿੱਚ ਭਰ ਕੇ, ਰੱਬ ਅੱਧਾ ਘੰਟਾ ਬੰਦ ਕਰਦੀ ਵਿੱਚ ਚਲਾ ਲਈ, ਨਿਕੰਮਾ ਕਰਨ ਨੂੰ ਵੱਜਣ ਲੋਕਾਂ ਨੂੰ ਕਹਿੰਦੇ ਹਮੇ ਹੀ ਵੱਜਦੇ ਹਾਂ ਵਿੱਚ, ਜ਼ਰੂਰੀ ਹੈ ਬਈ। ਮੀਂਹ ਬਹੁਤ ਪੈ ਰਿਹਾ, ਆਪਾਂ ਤਿਆਰ ਵਿਆਰ ਹੋ ਕੇ ਖੜ੍ਹੇ ਹਾਂ, ਠੀਕ ਹੈ, ਜਾਣ ਵਾਸਤੇ। ਮੰਮੀ ਰੋਟੀ ਬਣਾ ਰਹੀ ਆ, ਫਿਰ ਖਾ ਕੇ ਆਪਾਂ ਫਿਰ ਜਾਵਾਂਗੇ। ਅਤੇ ਕਹਿੰਦੇ ਵੀ ਬਾਬਿਓ ਆਹ ਹਾਂ ਹਾਂ ਹਾਂ, ਇੱਥੇ ਹੁੰਦਾ ਸ਼ਿਮਲੇ ਵਾਲੀ ਫੀਲਿੰਗ, ਪੂਰੀ ਪੂਰੀ ਸ਼ਿਮਲੇ ਵਾਲੀ ਫੀਲਿੰਗ ਆਉਂਦੀ ਆ। ਬਾਜੂ ਆ ਕਿਆ ਨਜ਼ਾਰਾ, ਮੀਂਹ ਬਾਗੋ ਵਾਹ ਕਹਿੰਦੇ ਪਈ ਜਾਂਦਾ ਏ, ਹੈਂ ਦੱਸੋ। ਬਾਬਿਓ ਮੀਂਹ ਪੂਰੇ ਜ਼ੋਰਾਂ ਸ਼ੋਰਾਂ 'ਤੇ ਆ ਚੁੱਕੇ, ਗਲੀਆਂ ਨਾਲੀਆਂ ਭਰ ਚੁੱਕੀਆਂ ਨੇ। ਜਹਾਜ਼ ਖੜਾ ਬਾਬੇ, ਜਹਾਜ਼ ਯਾਰਾਂ ਦਾ ਜਹਾਜ਼।
ਕਹਿੰਦੇ ਬਹੁਤ ਲੋਕਾਂ ਨੇ ਅਰਦਾਸਾਂ ਕੀਤੀਆਂ ਵੀ ਰੱਬ ਮੀਂਹ ਪਾ ਮੀਂਹ ਪਾ, ਰੱਬ ਕਹਿੰਦਾ ਚਲੋ ਕੋਈ ਗੱਲ ਨਹੀਂ ਪਾ ਦਿੰਦੇ ਹਾਂ, ਅੱਜ ਆ ਗਿਆ। ਫਿਰ ਮੈਨੂੰ ਆਇਆ ਸੀ ਰਾਤੀ ਹਨੇਰੀ ਚੱਲ ਗਈ ਸੀ, ਮੈਂ ਕਿਤੇ ਮੀਂਹ ਲੱਗਿਆ ਪੈਣ, ਪਰ ਮਾਤਾ ਜੀ ਕਹਿੰਦੇ ਵੀ ਸਵੇਰੇ ਸਵੇਰੇ ਮੀਂਹ ਆਇਆ 6 ਵਜੇ। ਮੈਂ ਚਲੋ ਵਧੀਆ ਗੱਲ ਆ ਤਾਂ ਗਿਆ, 6 ਵਜੇ ਆਵੇ 8 ਵਜੇ ਆਵੇ ਕਹਿੰਦੇ। ਕਹਿੰਦੇ ਭੂਰ ਭੂਰ ਪੈਂਦੀ ਕਣੀ ਦੇਖ ਮਿੱਤਰਾ। ਲੈ ਵੀ ਰੋਟੀ ਤਿਆਰ ਹੋ ਗਈ ਆਪਣੀ, ਖਾ ਲਈ ਹੁਣ ਪਾ ਕੇ ਆਪਾਂ ਆਪਣੇ ਆਪ ਪਾਣੀ ਪੈਣੀ ਆ। ਮੰਮੀ ਰੋਟੀ ਬਣਾ ਲਈ ਆ ਕਿ ਨਹੀਂ? ਹੈਂ ਮੈਂ ਵੀ ਕਹਿੰਦਾ ਤੁਹਾਨੂੰ ਦਿਖਾਉਂਦੇ ਆਪਾਂ ਕਢਾਈ ਬਾਈ ਦੀ ਕਿਵੇਂ ਹੁੰਦੀ ਹੈ ਕਢਾਈ। ਬਾਈ ਬਹੁਤ ਮਿਹਨਤ ਕਰਦਾ ਬਾਈ, ਪਰ ਐਂ ਆ ਵੀ ਜੇ ਅਗਲਾ ਮਿਹਨਤ ਦਾ ਮੁੱਲ ਪੂਰਾ ਦੇ ਕੇ ਜਾਵੇ, ਕਈ ਬਾਈ ਮਿਹਨਤ ਦਾ ਮੁੱਲ ਵੀ ਨਹੀਂ ਦੇ ਕੇ ਜਾਂਦੇ, ਕੀ ਕਹਾਂਗੇ ਆਪਾਂ। ਜੀ
ਜਿਵੇਂ ਮਰਜ਼ੀ ਦਾ ਗੇਟਾਂ 'ਤੇ ਕਰਾਉਣੇ ਆ ਡਿਜ਼ਾਇਨ, ਦਰਵਾਜ਼ਿਆਂ 'ਤੇ ਜਿਸ ਮਰਜ਼ੀ ਕਰਾ ਸਕਦੇ ਹੋ, ਬੈੱਡਾਂ 'ਤੇ ਕਰਾ ਸਕਦੇ ਹੋ। ਠੀਕ ਆ, ਦੱਸ ਦਿਓ ਬਾਈ, ਤੁਹਾਨੂੰ ਦੱਸ ਦਾਂਗੇ ਆਪਾਂ। ਮੋਰਨੀਆਂ ਪਈਆਂ ਜਾਂਦੀਆਂ, ਬਾਈ ਇਹ ਛਾਪੇ ਛਾਪੇ ਨਾਲ ਪਾਉਂਦੇ ਹੋ ਨਾ? ਕਢਾਈ ਆ ਜੀ ਬਾਈ ਬਣਾ ਰਿਹਾ, ਇਹਦੇ ਦੋ ਤਿੰਨ ਵਾਰ ਮਿਹਨਤ ਹੋਰ ਲੱਗੂਗੀ, ਫਿਰ ਸਫਾਈ ਆਊਗੀ। ਦੋ ਬੰਦੇ ਹੋ ਤੁਸੀਂ? ਦੋ ਬੰਦੇ ਹੋ? ਦੋ ਜਣੇ ਕੰਮ ਕਰਦੇ ਹੋ ਬਾਈ, ਫਿਰ ਜਾ ਕੇ ਮਿਹਨਤ ਦਾ ਪੱਲੇ ਪੈਂਦੀ ਆ।
ਮਿੰਟ ਲੱਗ ਜਾਂਦੇ ਬਣਾਉਣ ਵਾਸਤੇ ਵੀਰ? ਤਿੰਨ ਚਾਰ ਦਿਨ ਪੂਰੀ ਪੂਰੀ ਪ੍ਰੋਪਰ ਕਰਨ ਵਾਸਤੇ ਬਾਈ ਕਹਿੰਦਾ ਵੀ ਤਿੰਨ ਚਾਰ ਦਿਨ ਲੱਗ ਜਾਂਦੇ ਆ ਪ੍ਰੋਪਰ ਕਰਨ ਵਾਸਤੇ ਪੂਰੀ। ਲੈ ਬਾਈ ਠੀਕ ਆ ਬਾਈ, ਕਢਾਈ ਆ ਬਾਈ ਠੀਕ ਆ, ਮਿਹਨਤ ਬਹੁਤ ਕਰਦੇ ਹਾਂ ਬਾਈ ਅਤੇ ਤਾਂ ਜਾਂ ਜੇ ਮਿਹਨਤ ਦਾ ਮੁੱਲ ਪੂਰਾ ਦੇ ਕੇ ਜਾਵੇ ਅਗਲਾ ਬਾਈ, ਮਿਹਨਤ ਦਾ ਮੁੱਲ ਪੂਰਾ ਦੇ ਕੇ ਜਾਇਆ ਕਰੋ ਠੀਕ ਆ। ਇਹ ਵੀ ਤੁਹਾਡੀ ਆਸ 'ਤੇ ਹੀ ਬੈਠੇ ਨੇ ਬਾਈ, ਬਣਾਉਂਦੇ ਨੇ ਕੰਮ ਕਰਦੇ ਨੇ ਮਿਹਨਤ ਦਾ। ਲੋ ਜੀ ਫਿਰ ਆ ਤਾਂ ਸੀਗਾ ਆਪਣਾ ਅੱਜ ਦਾ ਬਲੌਗ, ਅਤੇ ਜੇ ਤੁਹਾਨੂੰ ਸਾਡਾ ਅੱਜ ਦਾ ਬਲੌਗ ਵਧੀਆ ਲੱਗਿਆ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਅਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ। ਅਤੇ ਜੇ ਤੁਸੀਂ ਸਾਡੇ ਚੈਨਲ 'ਤੇ ਨਵੇਂ ਨਵੇਂ ਆਏ ਹੋ, ਹੁਣੇ ਹੁਣੇ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਸਾਡੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਜੀ। ਅਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਅਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ। ਕਰਦੇ ਆਪਾਂ ਪ੍ਰੋਗਰਾਮ ਐਂਡ ਜੀ ਅਸੀਂ, ਚੰਗਾ ਜੀ ਫਿਰ ਸਤਿ ਸ਼੍ਰੀ ਅਕਾਲ, ਮਿਲਦੇ ਹਾਂ ਨੈਕਸਟ ਵੀਡੀਓ ਰਾਹੀਂ, ਹੱਸਦੇ ਵੱਧ ਰਹੇ ਜੀ।